ਕਿੰਨੇ? ਅੱਜ ਤਕਰੀਬਨ 8-20 ਦਿਨ ਸਾਡੇ ਕੋਲ 3 ਬੱਚੇ ਲਿਆਂਦੇ ਗਏ। ਹਾਂਜੀ, ਇਹ ਤਿੰਨੋਂ ਬੱਚੇ ਇੱਕੋ ਫੈਮਿਲੀ ਦੇ ਸੀ। ਓਕੇ, ਠੀਕ ਹੈ ਨਾ। ਤਿੰਨੋਂ ਰੀਅਲ ਬ੍ਰਦਰ ਸੀਗੇ। ਹਾਂਜੀ, ਤਿੰਨੋਂ ਬਰੋਡ ਡੈਡ ਸੀਗੇ। ਜੋ ਸਾਨੂੰ ਇਨਫੋਰਮੇਸ਼ਨ ਹੁਣ ਮਿਲੀ ਹੈ ਕਿ ਉੱਥੇ ਕੋਈ ਪਿੰਡ 'ਚ ਟੋਇਆ ਪੱਟਿਆ ਹੋਇਆ ਸੀ, ਉਹਦੇ ਵਿੱਚ ਪਾਣੀ ਸੀਗਾ। ਇਹ ਹੁਣ ਕਿੱਦਾਂ ਗਿਰੇ ਨੇ ਇਹ ਨਹੀਂ ਹੈ ਹਾਲੇ ਸਾਨੂੰ ਕੋਈ ਇਨਫੋਰਮੇਸ਼ਨ, ਬਟ ਤਿੰਨੋਂ ਆਲਰੇਡੀ ਬਰੋਡ ਡੈਡ ਸੀ। ਬਾਕੀ ਪੋਸਟਮਾਰਟਮ ਦੇ ਬਾਰੇ? ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਇਨਫੋਰਮੇਸ਼ਨ ਮਿਲੇਗੀ। ਅਤੇ ਪਿੰਡ ਖੋਜੇ ਮਾਜਰੇ ਦੇ ਨੇ। ਕੀ ਕੀ ਨਾਮ ਸੀ ਬੱਚਿਆਂ ਦਾ ਜੀ? ਇੱਕ ਦਾ ਨਾਮ ਜਸ਼ਨ ਹੈ, ਇੱਕ ਦਾ ਨਾਮ ਜੋਬਨ ਹੈ, ਅਤੇ ਇੱਕ ਦਾ ਨਾਮ ਲਵਲੀ ਹੈ। ਕਿੰਨੀ ਕੇਸ ਦੱਸੀ ਗਈ? ਇੱਕ ਸਭ ਤੋਂ ਵੱਡਾ 12 ਸਾਲ ਦਾ, ਉਸ ਤੋਂ ਛੋਟਾ 10 ਸਾਲ ਦਾ, 8 ਸਾਲ ਦਾ। ਫਿਰ ਲੰਬੜਦਾਰ ਕਿਹੜਾ ਪਿੰਡ ਹੈ? ਖੋਜੇ ਮਾਜਰਾ। ਕੀ ਗੱਲ ਹੋਈ ਜੀ? ਉੱਥੇ ਜੀ ਟੋਏ ਪੱਟੇ ਬਣੇ ਇਹਨਾਂ ਦੇ ਚੰਡੀਗੜ੍ਹ ਵਾਲਿਆਂ ਦੇ। ਹਾਂ, ਇਹ ਕਿਸੇ ਨੇ ਕਿਸੇ ਨੂੰ ਪੁੱਛ ਕੇ ਨਹੀਂ ਪਟਾਏ ਗਏ। ਸਾਡੇ ਉੱਥੇ ਬੱਚੇ ਖੇਡਦੇ ਨੇ, ਬੱਚੇ ਖੇਡਦੇ ਨੇ। ਐਜ਼ ਆ ਸਰਪੰਚ ਦੀ ਅਥਾਰਟੀ ਲੈਂਦੇ, ਇਹ ਸਰਪੰਚ ਦੀ ਅਥਾਰਟੀ ਲਿੱਤੀ ਹੈ ਇਹਨਾਂ ਨੇ। ਹਾਂ, ਸਾਨੂੰ ਫਿਰ ਉਹਦੇ ਵਿੱਚ ਸਾਨੂੰ ਜਵਾਕ ਉੱਪਰ ਢੇਰੀ ਲੱਗੀ ਹੋਈ ਸੀ, ਉਹਦੇ ਪੈਰ ਥੱਲੇ ਗਿਆ। ਕਿੰਨੇ ਬੱਚੇ? 3 ਬੱਚੇ ਤੇ ਜੀ, ਇੱਕ ਘਰ ਦੇ। ਕਿੰਨੀ ਕਿੰਨੀ ਉਮਰ ਸੀ? ਇਹ ਤਾਂ ਇੱਕ 12 ਸਾਲ ਦਾ, ਇੱਕ 7 ਸਾਲ ਦਾ, ਇੱਕ 9 ਸਾਲ, 6 ਸਾਲ ਦਾ ਨੇ ਸਾਰੇ। ਸਗੇ ਭਾਈ ਦੇ? ਤਿੰਨੇ ਤਿੰਨੇ ਸਗੇ ਭਾਈ। ਤੇ ਇੱਕ ਬਾਰ ਪਿਤਾ ਦਾ ਕੀ ਨਾਮ ਹੈ? ਪਿਤਾ ਨਿਰਮਲ ਸਿੰਘ ਹੈ। ਇਹ ਕਿੰਨਾ ਦੀ ਲਾਪਰਵਾਹੀ ਹੈ ਜੀ? ਇਹ ਪੰਚਾਇਤ ਦੀ। ਕਾਹਦੇ ਲਈ ਟੋਆ ਪੱਟਿਆ ਹੋਇਆ ਸੀ? ਇਹ ਤਾਂ ਪੰਚਾਇਤ ਨੂੰ ਪੁੱਛੋ ਜੀ, ਇਹ ਪੰਚਾਇਤ ਨੂੰ ਪੁੱਛੋ ਕਾਹਦੇ ਪਿੱਛੇ ਪੱਟਿਆ। ਕਦੋਂ ਦਾ ਪੱਟਿਆ ਜੀ ਟੋਆ? ਇਹ ਕੱਲ੍ਹ ਪੱਟਿਆ ਜੀ।